ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਬੱਚੇ ਵਾਲੀ ਹੈ ਅਤੇ 2 ਬੱਚੇ ਤੋਂ ਬਗੈਰ ਆ। ਅਤੇ ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ? ਚਲੋ ਵਧੀਆ, ਠੀਕ ਠਾਕ ਹੀ ਚਾਹੀਦਾ ਜੀ। ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਸੋਨੂੰ ਸੁਦੀਪ ਜੀ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 9169657750। ਠੀਕ ਹੈ, ਅਤੇ ਅੱਜ ਕਿੰਨੀਆਂ ਜੀ ਫਿਰ? ਅੱਜ ਝੋਟੀ ਵੀ ਹੈਗੀ ਇੱਕ। ਅੱਛਾ, ਝੋਟੀ ਹੋਣੀ ਤੁਹਾਡੇ ਤੋਂ ਪਹਿਲਾਂ ਖੜੀ 10 ਮਿੰਟ। ਠੀਕ, ਕੱਲ੍ਹ ਗਿਆ ਪਾ ਦਈਏ ਵੀਡੀਓ, ਕੱਲ੍ਹ ਝੋਟੀ ਲੈਂਦੀ ਸੀ। ਠੀਕ ਹੈ, ਤੁਸੀਂ ਫਿਰ ਗੱਲ ਖਾ ਟਾਈਮ ਨਹੀਂ ਹੈਗਾ। ਹਾਂ ਟਾਈਮ ਥੋੜ੍ਹਾ, ਤੁਹਾਨੂੰ ਦੱਸਿਆ ਸੀ ਨਾ ਕੰਮ ਜਿਹਾ, ਹੁਣ ਥੋੜ੍ਹਾ 10 ਕੁ ਦਿਨ ਚੱਲਣਾ, ਇੱਦਾਂ ਹੀ ਵੀਡੀਓ ਘੱਟ ਹੀ ਆਊਗੀਆਂ ਕਾਫੀ 10 ਕੁ ਦਿਨ। ਹੁਣ ਨਾ ਕੱਲ੍ਹ ਆਊਗੀ ਨਾ ਕੋਈ ਪਰਸੋਂ ਆਊਗੀ, 2 ਛੁੱਟੀਆਂ ਇਕੱਠੀਆਂ ਹੋ ਜਾਣੀਆਂ। ਠੀਕ ਹੈ, ਅਤੇ ਇੱਕ ਤਾਂ ਤੁਸੀਂ ਬੱਚਾ ਵੀ ਕਹਿੰਦੇ ਸੀ ਤੇ ਲੱਗ ਬੱਚਾ ਮਰ ਗਿਆ ਜਿਆਦਾ ਬੈਠ ਦਾ। ਇਹ ਉਹੀ ਜਦੋਂ ਕਹਿੰਦੇ ਬਰਫ਼ 'ਚ ਲਾਤਾ ਸੀ ਇਹਨੂੰ ਵੀ, ਇਹ ਕੱਲ੍ਹ ਦਾ ਪਿਆ ਚਲਾ ਰਾਤੀ ਚੰਗਾ ਭਾਜ ਰਾਤੀ ਕੱਲ੍ਹ। ਅੱਛਾ, ਕੱਲ੍ਹ ਚੰਗਾ ਭਲਾ ਬਹੁਤ ਡੈ ਪਿਆ ਮੁੜ ਕੇ। ਠੀਕ ਹੈ, ਸਵੇਰੇ ਆਏ ਤਾਂ ਸਵੇਰੇ ਮਰਿਆ ਪਿਆ ਚਲਾ। ਠੀਕ ਹੈ, ਅਜੇ ਰਸੀ ਰਸੀ ਨਹੀਂ ਕਾਜ ਚਲੇ ਲਾਈ, ਇਹਨੂੰ ਨਹੀਂ ਲਾਇਆ ਬਰਫ਼ 'ਚ ਅੱਗੇ ਤੇ ਬਰਫ਼ 'ਚ ਲਾ ਦੇ ਬਰਫ਼। ਠੀਕ ਹੈ, ਇਹਦਾ ਸੀਲ ਬੜੀ ਆ। ਅੱਛਾ, ਇਹਦਾ ਬੱਚਾ ਵਾ, ਇਹਦਾ ਉਦਾਂ ਛੋਟੀ ਛੋਟੀ ਬੜੀ ਹੋ, ਇਹ ਨਹੀਂ ਕੋਈ ਗੱਲ ਹੈਗੀ ਉਦਾਂ ਜਿੰਨਾ। ਠੀਕ ਹੈ, ਇਹਦੀ ਬੜੀ ਸੀਲ। ਤੇ ਸੂਆ ਕਿਨਵਾ ਜੀ? ਇਹਦਾ ਸੂਆ ਦੂਜਾ ਭਾਜੀ, ਦੂਸਰਾ ਸੂਆ ਆ। ਹਾਂ, ਤੇ ਯਾਦਗਾਰ ਪੂਰੀ ਜਿਹਨੂੰ ਪਤਾ ਹੋ ਵੀਰ ਭਰਾ ਨੂੰ ਉਹਨੇ ਲੈਣੀ ਗਾਂ, ਜਿਹਨੂੰ ਪਤਾ ਯਾਦਗਾਰ ਚੰਗੀ ਆ। ਦੁੱਧ ਕਿੰਨਾ ਜੇ ਇਹਦੇ ਕੋਲ? ਦੁੱਧ ਭਾਜੀ ਕੋ ਹੁਣ ਤੇ 13 ਕਿਲੋ ਦੁੱਧ ਹੋਊਗਾ, 12 ਕਿਲੋ ਆਪਾਂ ਕਵਾਂਗੇ। ਅੱਛਾ, ਲੀਟਰ ਵਾਲਾ 12 ਕਿਲੋ ਪੱਕਾ ਦੁੱਧ ਜਿਹੜਾ ਹੈਗਾ ਵਾ, ਅੰਡੇ ਵਾਲਾ 12 ਕਿਲੋ ਹੋਊਗਾ। ਠੀਕ ਹੈ, ਹਾਂ ਖੋਲੋ। ਹਾਂ ਫਿਰ ਤੋਰੀਏ। ਸੋਈ ਨੂੰ ਕਿੰਨਾ ਕੁ ਚਿਰ ਹੋਇਆ? ਲਾ ਲਓ ਬੱਚਾ ਕਿੰਨੇ ਦਿਨ ਦਾ? 15-20 ਦਿਨ ਹੋਊਗਾ। ਹਾਂ, ਬੱਚਾ ਹੀ ਇਹਦਾ ਜਿਹੜਾ ਮਰ ਗਿਆ ਵਾ। ਥਾਣੇ ਤੇ ਤੁਹਾਨੂੰ ਲਾਗੇ ਤੋਂ ਦਿਖਾ ਦਈਏ ਇੱਕ ਵਾਰੀ। ਆਨੇ ਸਾਡੇ ਜੀ ਚਿਹਰਾ ਵੀ ਤਾਂ ਕਰੀ ਦੇਖ ਸਕਦੇ ਜੀ, ਦੂਸਰੇ ਪਾਸੇ ਦਾ ਥਾਂ ਤੁਹਾਨੂੰ ਦਿਖਾ ਦਿੰਦੇ। ਪੂਰਾ ਲਿਖ ਸਕਦੇ ਜੀ। ਹਾਂਜੀ, ਲੈ ਜਾਓ ਵੀਰ ਜੀ ਅੰਦਰ ਨੂੰ। ਸੂਆ ਕਿੰਨਾ ਜੀ ਇਹਦਾ? ਸੂਆ ਜਿਹੜਾ ਇਹਦਾ, ਬਾਕੀ ਉਂਝ ਕੱਦ ਕਾਠ ਵੀ ਚੰਗਾ ਤੇ ਰੰਗ ਰੂਪ ਦੀ ਵੀ ਜਿਹੜੀ ਸੋਹਣੀ ਹੈ। ਬਾਕੀ ਜਿਹੜੀਆਂ ਵਾ ਹੁਣ ਹੋ ਸਕਦਾ ਵਾ 10 ਕੁ ਦਿਨ ਜਿਹੜੀਆਂ ਵੀਡੀਓ ਥੋੜ੍ਹੀਆਂ ਘੱਟ ਹੀ ਆਉਣ। ਦੱਸੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਦੁੱਧ ਵੀਰ ਜੀ 12 ਕਿਲੋ ਲੀਟਰ ਵਾਲਾ। ਅੱਛਾ ਜੀ, ਆਪਾਂ ਚੋਲਦਾ ਕੰਨੇ। ਠੀਕ ਹੈ, ਬਿਨਾਂ ਕੋਈ ਮੰਗਾ ਬੋਗਾ ਨਹੀਂ, ਇੱਦਾਂ ਬਹੁਤ ਪੱਚੋ ਠੰਡੀ ਧੀਰੀ ਆ ਕੇ ਪੂਰੀ, ਤੇ ਥਣ ਥੁਣ ਓਕੇ ਸਾਰੇ ਭਾਜੀ। ਐ ਕੋ ਪੂਰ ਛੱਟਾ ਘੱਟ ਵੱਧ ਹੋਵੇ ਜ਼ਿੰਮੇਵਾਰੀ ਆ, ਤੇ ਮੁੱਲ ਵੀ ਕਰਦੇ ਜੇ ਅੱਜ ਫਿਰ ਦੂਸਰੇ ਨੰਬਰ ਤੇ ਆ ਸਿੰਘ ਜਿਹੜੇ ਇਹਦੇ ਹੈਗੇ ਆ, ਇਹਦਾ ਬੱਚਾ। ਠੀਕ ਹੈ, ਜਗ੍ਹਾ ਜਿਹੜੀ ਥੱਲੇ ਤਿਲਕਣੀ ਆ। ਬੱਚਾ ਲਾ ਕੇ ਵੀਰ ਜੀ ਨੇ ਕਹਿੰਦੇ ਕਿ ਦਿਖਾ ਦਈਏ। ਠੀਕ ਹੈ ਜੀ, ਵੱਛਾ ਜੀ ਮਗਰ। ਸੂਆ ਕਿਨਵਾ ਜੀ ਦਾ? ਸੂਆ ਦੂਜਾ ਜੀ, ਦੂਸਰਾ ਸੂਆ ਜੀ, ਕੋਈ ਬੰਗਾ ਨਹੀਂ ਮੰਗੇ ਤੋਂ ਬਿਨਾ ਇਦਾਂ ਹੀ। ਠੀਕ ਹੈ ਜੀ, ਠੀਕ ਹੈ ਜੀ। ਥਾਣੇ ਦੇ ਕਰੀ ਲੱਗੇ ਤਾਂ ਦੇਖ ਸਕਦੇ ਜੀ, ਚੋਣ ਚੂਣ ਬੜੀ ਵਜੇ ਲੱਗੀ ਹੈ। ਕਈ ਭਾਈ ਕਹਿੰਦੇ ਗਰਮ ਨਾ ਹੋਵੇ ਸ਼ਾਇਦ, ਆ ਵੇਲੋ ਕਈ ਘਰ ਦੇ ਕੁਝ ਚੋਣੀ ਨਹੀਂ ਕਿਸੇ ਫੈਮਿਲੀ ਦੇ। ਹਾਂਜੀ ਹਾਂਜੀ, ਉਹ ਪਰਲੇ ਥਾਂ ਦਾ ਚੋਆ ਦਿਖਾ ਦੇ ਜੀ ਇੱਕ ਵਾਰੀ। ਹੈਨਾ, ਉਹ ਛੋਟ ਅਗਲੇ ਥਾਂ ਦਾ। ਹੈਲੋ, ਕੋਈ ਧਾਰ ਘੱਟ ਵੱਧ ਹੋਵੇ ਗਰੰਟੀ ਹੈ ਫੁੱਲ। ਠੀਕ ਹੈ, ਬਾਕੀ ਠੰਡੀ ਧੀਰੀ ਹੈ, ਕੋਈ ਰੱਸੀ ਨਹੀਂ ਹੈ। ਸੂਆ ਜਿਹੜਾ ਦੂਸਰਾ ਦੱਸਦੇ ਆ ਇਹਦਾ, ਪਿੱਛੋਂ
लगता कि कच्ची जगह दवाई है थोड़ा जहा पानी वाली जगह थोड़ा तिलकती है। ठंडी पक्का बच्चा जी।